ਇੱਕ ਪਾਸੇ ਜਿੱਥੇ ਪੂਰਾ ਦੇਸ਼ ਕਰੋਨਾ ਜਿਹੀ ਭਿਆਨਕ ਬਿਮਾਰੀ ਨਾਲ ਲੜ ਰਿਹਾ ਹੈ, ਉੱਥੇ ਦੂਸਰੇ ਪਾਸੇ ਨਸ਼ੇ ਅਤੇ ਜਾਲੀ ਕਰੰਸੀ ਨੂੰ ਲੋਕਾਂ ਤੱਕ ਬੇਖੌਫ ਹੋ ਕੇ ਸਪਲਾਈ ਕੀਤਾ ਜਾ ਰਿਹਾ ਹੈ। ਲੇਕਿਨ ਪੁਲਿਸ ਦੁਆਰਾ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ, ਜਿਹਦੇ ਚੱਲਦਿਆਂ ਸੰਗਤ ਮੰਡੀ ਅਧੀਨ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਇੱਕ ਹੇਅਰ ਸੈਲੂਨ ਦਾ ਕੰਮ ਕਰਨ ਵਾਲੇ ਨੌਜਵਾਨ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ 11,700 ਰੁਪਏ ਦੀ ਜਾਲੀ ਕਰੰਸੀ ਬਰਾਮਦ ਕੀਤੀ ਸੀ। ਪੁਲਿਸ ਵੱਲੋਂ ਉਕਤ ਨੌਜਵਾਨ ਪਾਸੋਂ ਕੀਤੀ ਗਈ ਡੂੰਘਾਈ ਨਾਲ ਜਾਂਚ ਦੌਰਾਨ ਪੁਲਿਸ ਵੱਲੋਂ 4 ਹੋਰ ਨੌਜਵਾਨਾਂ ਦੇ ਕੋਲੋਂ 8 ਲੱਖ ਦੀ ਜਾਲੀ ਕਰੰਸੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਨੰਦਗੜ੍ਹ ਮੁਖੀ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੁਕੱਦਮਾ ਦਰਜ ਕਰਕੇ ਇਸ ਤਰਸੇਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਦੋਸ਼ੀ ਰਾਜੀਵ ਸਿੰਘ ਪਰਫਰਾਜਾ ਪਾਸੋਂ ਨਿਸ਼ਾਨੇ ਗੋਲੀਆਂ ਜਾਰੀ ਕਰਨ ਦੀ ਕੰਮ ਕੀਤੀ, ਜਿਸ ਦੇ ਪੁੱਛ ਪਰ ਦੋਸ਼ੀ ਰਵਿੰਦਰ ਸਿੰਘ, ਦੋਸ਼ੀ ਲਵਪ੍ਰੀਤ ਸਿੰਘ ਅਤੇ ਦੋਸ਼ੀ ਲਖਵੀਰ ਸਿੰਘ ਪਾਸੋਂ ਰਾਜਕਲਾ ਨੂੰ ਨਾਮ ਕਰਕੇ ਗ੍ਰਿਫਤਾਰ ਕੀਤਾ ਅਤੇ ਫਿਰ ਮੁਕੱਦਮੇ ਵਿੱਚ ਰੋਸ਼ੀ ਜਸਿੰਦਰ ਸਿੰਘ ਪਾਸੋਂ ਵਸਮਦੀਰ ਨੂੰ ਨਾਮ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਮੁਕੱਦਮੇ ਵਿੱਚ ਵਾਧਾ ਜਨਮ 8 ਨੰਬਰ 23 3 12 499A 499C 499D 499E IPC ਦਾ ਵਾਅਦਾ ਕੀਤਾ ਗਿਆ ਹੈ। ਹੁਣ ਤੱਕ ਸਾਰੇ ਦੋਸ਼ੀ ਪਾਸੋਂ ਕੁੱਲ 8,61,000 ਰੁਪਏ ਜਾਰੀ ਕਰਸੀ, ਜਿਹਨਾਂ ਵਿੱਚ 2,000 ਰੁਪਏ ਦੇ 500 ਨੋਟ, 200 ਰੁਪਏ ਦੇ 100 ਨੋਟ ਬਰਾਮਦ ਹਨ। ਦੂਸਰੇ ਪਾਸੋਂ ਪ੍ਰਿੰਟਰ, ਪੇਜ, ਖੁੱਲ੍ਹੀਆਂ ਕਾਲਜ ਡੱਬੀਆਂ, ਕਟਰ, ਸਕੇਲ ਬਰਾਮਦ ਕੀਤਾ ਜਾ ਚੁੱਕਾ ਹੈ। ਦੂਸਰਿਆਂ ਦਾ ਪੁਲਿਸ ਮੰਡ ਹਾਸਲ ਕੀਤਾ ਗਿਆ ਹੈ, ਜਿਹਨਾਂ ਨੂੰ ਕੱਲ੍ਹ ਪਿਛਲਾ ਜਾ ਰਿਹਾ ਹੈ, ਜੋ ਤੁਰੀ ਜਾ ਰਹੀ ਹੈ।